ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨ ਤੋਂ ਰੋਕਣ ਦੇ ਲਈ ਇਸ ਵਾਰ ਸਿਰਫ ਬੈਰੀਕੇਡਿੰਗ ਹੀ ਨਹੀਂ ਬਲਕਿ ਮਿੱਟੀ ਦੇ ਵੱਡੇ ਵੱਡੇ ਲੋਹੇ ਦੇ ਭਰੇ ਕੰਟੇਨਰ ਰੱਖ ਦਿੱਤੇ ਗਏ ਨੇ। ਬੋਰੀਆਂ ਦੇ ਵਿੱਚ ਮਿੱਟੀ ਪਾ ਪਾ ਕੇ ਬੰਨ ਲਗਾ ਦਿੱਤੇ ਗਏ ਨੇ। ਕੰਡਿਆਲੀ ਤਾਰ ਲਾਈ ਗਈ ਹੈ ਅਤੇ ਵੱਡੇ ਵੱਡੇ ਕੰਕਰੀਟ ਤੇ ਪੱਥਰ ਰੱਖ ਦਿੱਤੇ ਗਏ ਨੇ। ਇਹਨਾਂ ਹੀ ਨਹੀਂ ਇੱਥੇ ਸੜਕਾਂ ਦੇ ਵਿੱਚ ਡੂੰਘੇ ਟੋਏ ਪੁੱਟ ਦਿੱਤੇ ਗਏ ਨੇ ਤੇ ਮਿੱਟੀ ਦੇ ਵੀ ਉੱਚੇ ਉੱਚੇ ਢੇਰ ਲਾ ਦਿੱਤੇ ਗਏ ਨੇ ਤਾਂ ਜੋ ਕਿਸਾਨ ਅੱਗੇ ਨਾ ਵੱਧ ਸਕਣ। ਤਸਵੀਰਾਂ ਸੋਨੀਪਤ, ਕੁੰਡਲੀ ਤੇ ਸਿੰਘੂ ਬਾਰਡਰ ਦੀਆਂ ਨੇ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਭਾਰੀ ਮਾਤਰਾ ਦੇ ਵਿੱਚ ਪੈਰਾ ਮਿਲਟਰੀ ਫੋਰਸ ਤੈਨਾਤ ਕੀਤੀ ਗਈ ਹੈ ਤੇ ਨਾਲ ਹੀ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਸੜਕਾਂ ਤੇ ਟੋਏ ਪੁੱਟ ਦਿੱਤੇ ਗਏ ਨੇ, ਮਿੱਟੀ ਦੇ ਢੇਰ ਲਾ ਦਿੱਤੇ ਗਏ ਨੇ, ਲੋਹੇ ਦੇ ਵੱਡੇ ਵੱਡੇ ਕੰਟੇਨਰਾਂ ਦੇ ਵਿੱਚ ਮਿੱਟੀ ਭਰ ਕੇ ਬੰਨ ਬਣਾ ਦਿੱਤਾ ਗਿਆ ਹੈ। ਇਹਨਾਂ ਨੇ ਬੋਰੀਆਂ ਦੇ ਵਿੱਚ ਵੀ ਮਿੱਟੀ ਤੇ ਸੀਮੈਂਟ ਪਾ ਪਾ ਕੇ ਉਹਨਾਂ ਦਾ ਇੱਕ ਬੰਨ ਲਾਇਆ ਜਾ ਰਿਹਾ ਹੈ ਤਾਂ ਜੋ ਕਿਸਾਨ ਅੱਗੇ ਨਾ ਵੱਧ ਸਕਣ। ਦੱਸਦੀ ਕਿ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਗਿਆ ਹੈ। ਉਦੋਂ ਤੋਂ ਹੀ ਪ੍ਰਸ਼ਾਸਨ ਪੱਬਾਂ ਭਾਰ ਹੈ। ਇਹ ਤਸਵੀਰਾਂ ਸੋਨੀਪਤ, ਕੁੰਡਲੀ, ਸਿੰਘੂ ਬਾਰਡਰ ਦੀਆਂ ਨੇ ਜਿੱਥੇ ਦਿੱਲੀ ਵਾਲੇ ਪਾਸੇ ਵੀ ਪੁਖਤਾ ਇੰਤਜ਼ਾਮ ਨੇ, ਦਿੱਲੀ ਵਾਲੇ ਪਾਸੇ ਵੀ ਪੁਲਿਸ ਪੱਬਾਂ ਭਾਰ ਹੈ ਅਤੇ ਕਿਸਾਨਾਂ ਨੂੰ ਰੋਕਣ ਦੇ ਲਈ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਦੁੱਗਣੇ ਤਿਗਣੇ ਇੰਤਜ਼ਾਮ ਕੀਤੇ ਗਏ ਨੇ। ਸੋ ਇਹਨਾਂ ਤਸਵੀਰਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਜੰਗੀ ਪੱਧਰ ਤੇ ਇੰਤਜ਼ਾਮ ਕੀਤੇ ਗਏ ਨੇ ਤਾਂ ਜੋ ਕਿਸਾਨਾਂ ਨੂੰ ਦਿੱਲੀ 'ਚ ਦਾਖਲ ਨਾ ਹੋਣ ਦਿੱਤਾ ਜਾਵੇ। ਇਹ ਤਸਵੀਰਾਂ ਸੋਨੀਪਤ, ਕੁੰਡਲੀ ਬਾਰਡਰ ਤੇ ਚੰਡੀਗੜ੍ਹ ਦਿੱਲੀ ਨੈਸ਼ਨਲ ਹਾਈਵੇ 44 ਦੀਆਂ ਨੇ ਜਿੱਥੇ ਜਾਮ ਲੱਗਿਆ ਹੋਇਆ ਹੈ ਅਤੇ ਰਸਤਾ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨ ਤੋਂ ਰੋਕਣ ਦੇ ਲਈ ਇਸ ਵਾਰ ਸਿਰਫ ਬੈਰੀਕੇਡਿੰਗ ਹੀ ਨਹੀਂ ਬਲਕਿ ਮਿੱਟੀ ਦੇ ਵੱਡੇ ਵੱਡੇ ਲੋਹੇ ਦੇ ਭਰੇ ਕੰਟੇਨਰ ਰੱਖ ਦਿੱਤੇ ਗਏ ਨੇ। ਬੋਰੀਆਂ ਦੇ ਵਿੱਚ ਮਿੱਟੀ ਪਾ ਪਾ ਕੇ ਬੰਨ ਲਗਾ ਦਿੱਤੇ ਗਏ ਨੇ। ਕੰਡਿਆਲੀ ਤਾਰ ਲਾਈ ਗਈ ਹੈ ਅਤੇ ਵੱਡੇ ਵੱਡੇ ਕੰਕਰੀਟ ਤੇ ਪੱਥਰ ਰੱਖ ਦਿੱਤੇ ਗਏ ਨੇ। ਇਹਨਾਂ ਹੀ ਨਹੀਂ ਇੱਥੇ ਸੜਕਾਂ ਦੇ ਵਿੱਚ ਡੂੰਘੇ ਟੋਏ ਪੁੱਟ ਦਿੱਤੇ ਗਏ ਨੇ ਤੇ ਮਿੱਟੀ ਦੇ ਵੀ ਉੱਚੇ ਉੱਚੇ ਢੇਰ ਲਾ ਦਿੱਤੇ ਗਏ ਨੇ ਤਾਂ ਜੋ ਕਿਸਾਨ ਅੱਗੇ ਨਾ ਵੱਧ ਸਕਣ। ਤਸਵੀਰਾਂ ਸੋਨੀਪਤ, ਕੁੰਡਲੀ ਤੇ ਸਿੰਘੂ ਬਾਰਡਰ ਦੀਆਂ ਨੇ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਭਾਰੀ ਮਾਤਰਾ ਦੇ ਵਿੱਚ ਪੈਰਾ ਮਿਲਟਰੀ ਫੋਰਸ ਤੈਨਾਤ ਕੀਤੀ ਗਈ ਹੈ ਤੇ ਨਾਲ ਹੀ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਸੜਕਾਂ ਤੇ ਟੋਏ ਪੁੱਟ ਦਿੱਤੇ ਗਏ ਨੇ, ਮਿੱਟੀ ਦੇ ਢੇਰ ਲਾ ਦਿੱਤੇ ਗਏ ਨੇ, ਲੋਹੇ ਦੇ ਵੱਡੇ ਵੱਡੇ ਕੰਟੇਨਰਾਂ ਦੇ ਵਿੱਚ ਮਿੱਟੀ ਭਰ ਕੇ ਬੰਨ ਬਣਾ ਦਿੱਤਾ ਗਿਆ ਹੈ। ਇਹਨਾਂ ਨੇ ਬੋਰੀਆਂ ਦੇ ਵਿੱਚ ਵੀ ਮਿੱਟੀ ਤੇ ਸੀਮੈਂਟ ਪਾ ਪਾ ਕੇ ਉਹਨਾਂ ਦਾ ਇੱਕ ਬੰਨ ਲਾਇਆ ਜਾ ਰਿਹਾ ਹੈ ਤਾਂ ਜੋ ਕਿਸਾਨ ਅੱਗੇ ਨਾ ਵੱਧ ਸਕਣ। ਦੱਸਦੀ ਕਿ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਗਿਆ ਹੈ। ਉਦੋਂ ਤੋਂ ਹੀ ਪ੍ਰਸ਼ਾਸਨ ਪੱਬਾਂ ਭਾਰ ਹੈ। ਇਹ ਤਸਵੀਰਾਂ ਸੋਨੀਪਤ, ਕੁੰਡਲੀ, ਸਿੰਘੂ ਬਾਰਡਰ ਦੀਆਂ ਨੇ ਜਿੱਥੇ ਦਿੱਲੀ ਵਾਲੇ ਪਾਸੇ ਵੀ ਪੁਖਤਾ ਇੰਤਜ਼ਾਮ ਨੇ, ਦਿੱਲੀ ਵਾਲੇ ਪਾਸੇ ਵੀ ਪੁਲਿਸ ਪੱਬਾਂ ਭਾਰ ਹੈ ਅਤੇ ਕਿਸਾਨਾਂ ਨੂੰ ਰੋਕਣ ਦੇ ਲਈ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਦੁੱਗਣੇ ਤਿਗਣੇ ਇੰਤਜ਼ਾਮ ਕੀਤੇ ਗਏ ਨੇ। ਸੋ ਇਹਨਾਂ ਤਸਵੀਰਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਜੰਗੀ ਪੱਧਰ ਤੇ ਇੰਤਜ਼ਾਮ ਕੀਤੇ ਗਏ ਨੇ ਤਾਂ ਜੋ ਕਿਸਾਨਾਂ ਨੂੰ ਦਿੱਲੀ 'ਚ ਦਾਖਲ ਨਾ ਹੋਣ ਦਿੱਤਾ ਜਾਵੇ। ਇਹ ਤਸਵੀਰਾਂ ਸੋਨੀਪਤ, ਕੁੰਡਲੀ ਬਾਰਡਰ ਤੇ ਚੰਡੀਗੜ੍ਹ ਦਿੱਲੀ ਨੈਸ਼ਨਲ ਹਾਈਵੇ 44 ਦੀਆਂ ਨੇ ਜਿੱਥੇ ਜਾਮ ਲੱਗਿਆ ਹੋਇਆ ਹੈ ਅਤੇ ਰਸਤਾ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਗਿਆ ਹੈ।